a South Asian Canadian channel. ਧੂਰੀ ਦੇ ਦਸ਼ਮੇਸ਼ ਨਗਰ ਵਿੱਚ ਰਹਿਣ ਵਾਲੇ 28 ਸਾਲਾ ਨੌਜਵਾਨ ਦੀ ਧੂਰੀ ਦੇ ਨਜ਼ਦੀਕ KRBL ਫੈਕਟਰੀ ਵਿੱਚ ਕੰਮ ਕਰਦੇ ਹੋਏ ਮੌਤ ਹੋ ਗਈ। ਨੌਜਵਾਨ ਦੀ ਫੈਕਟਰੀ ਮਾਲਕਾ ਵੱਲੋਂ ਕੋਈ ਸਾਰ ਨਾ ਲਈ ਜਾਣ ਤੇ ਮ੍ਰਿਤਕ ਕਰਤਾਰ ਸਿੰਘ ਦੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਮ੍ਰਿਤਕ ਨੂੰ ਇਨਸਾਫ ਦਿਵਾਉਣ ਲਈ ਧੂਰੀ ਲੁਧਿਆਣਾ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। KRBL ਫੈਕਟਰੀ ਮਾਲਕਾ ਖਿਲਾਫ ਜ਼ੋਰਦਾਰ ਧਾਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਤੇ ਮ੍ਰਿਤਕ ਦੀ ਮਾਤਾ ਨੇ ਕਿਹਾ ਹੈ ਕਿ ਫੈਕਟਰੀ ਦੇ ਮਾਲਕਾ ਦੀ ਅਣਗਹਿਲੀ ਕਾਰਨ ਮੇਰੇ ਪੁੱਤ ਦੀ ਮੌਤ ਹੋਈ ਹੈ। ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ। ਮੈਂ ਇਹ ਕਾਰਨ ਚਾਹੁੰਦੀ ਹਾਂ ਮੇਰੇ ਪੁੱਤ ਨੂੰ ਇਨਸਾਫ ਮਿਲਣਾ ਚਾਹੀਦਾ। ਉਹਨਾਂ ਦੀ ਅਣਗਹਿਲੀ ਨਾਲ ਮੇਰਾ ਪੁੱਤ ਆਪਣੀ ਜਾਨ ਗਵਾ ਚੁੱਕਿਆ ਹੈ। ਇਹ ਕਿਉਂ ਨਹੀਂ ਸਰਕਾਰ ਕੁਛ ਕਰਦੀ? ਫੈਕਟਰੀ ਵਾਲਿਆਂ ਨੂੰ ਕਿਉਂ ਨਹੀਂ ਉਹ ਕਰਦੀ? ਜਿੱਥੇ ਇੱਕ ਬੰਦੇ ਨੂੰ ਤੋੜਨ ਦੀ ਲੋੜ ਸੀ ਉੱਥੇ ਦੋ ਬੰਦੇ ਜਾਂਦੇ, ਦੂਸਰਾ ਬੰਦਾ ਬੰਦੇ ਦੀ ਹੈਲਪ ਕਰਦਾ ਤਾਂ ਮੇਰਾ ਅੱਜ ਪੁੱਤ ਜੀਵਤ ਰਹਿ ਸਕਦਾ ਸੀ। ਫੈਕਟਰੀ ਵਾਲਿਆਂ ਦੀ ਕਾਰਨ ਅੱਜ ਮੇਰੇ ਪੁੱਤ ਦੇ ਬੱਚੇ ਰੁੜਦੇ ਨੇਗੇ। ਉਹਦੀ ਘਰ ਵਾਲੀ ਨੂੰ ਟੀਕੇ ਲਾ ਕੇ ਬੇਹੋਸ਼ ਦੇ ਰਾਤ ਦਾ ਮੇਰਾ ਪੁੱਤ ਮੁੱਕਿਆ। ਉਹਨਾਂ ਨੇ ਕੋਈ ਆ ਕੇ ਸਾਨੂੰ ਗੱਲਬਾਤ ਨਹੀਂ ਕਰੀ, ਕੋਈ ਸਾਡੇ ਨਾਲ ਕੋਈ ਬੈਠ ਕੇ ਫੈਸਲਾ ਨਹੀਂ ਕਰਿਆ, ਸਾਨੂੰ ਕੋਈ ਕੁਛ ਕਿਹਾ ਨਹੀਂ, ਨਾ ਸਾਨੂੰ ਕੋਈ ਦਲਾਸਾ ਦਿੱਤਾ। ਮੇਰੇ ਪੁੱਤ ਨੂੰ ਹੌਸਪੀਟਲ ਵਿੱਚ ਸਿੱਟ ਕੇ ਬਹੁਤ ਪੀਟ ਗਏ, ਮੁੜ ਕੇ ਅੱਜ ਤੱਕ ਉਹਨਾਂ ਨੇ ਖਬਰਸਾਰ ਨਹੀਂ ਲੈਤੀ। ਕਿਉਂ ਨਹੀਂ ਲੈਤੀ ਗਈ? ਇਹ ਉਹਨਾਂ 'ਤੇ ਕਾਰਵਾਈ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਹੈ। इस मौके ते आम आदमी पार्टी दे सीनियर आगू सतिंदर चट्ठा ने कहा है कि पंजाब दे मुख्यमंत्री दे बदलन दे बावजूद भी रोस धरने जारी ने। इस मौके उन्हें कहा कि इस नौजवान की हुई मौत नू लै के धूरी च प्रदर्शन किया जा रहा है। इस मामले बारे जो DSP परमिंदर नाल गल की तो उन्होंने कहा है कि इस सारे मामले की बरीकी नाल जांच की जा रही है ते वारसा नू पूरा इंसाफ दवाया जाएगा। ਜਿਹੜਾ ਮ੍ਰਿਤਕ ਹੈ ਕਰਤਾਰ ਸਿੰਘ KRBL 'ਚ ਜੋਬ ਕਰਦਾ ਸੀਗਾ, ਇਹਦੀ ਕੱਲ੍ਹ ਸ਼ਾਮ ਨੂੰ ਡੈਥ ਹੋ ਗਈ। ਮਤਲਬ ਫੈਕਟਰੀ ਵਾਲਿਆਂ ਦੇ ਦੱਸਣ ਮੁਤਾਬਕ ਵੀ ਉਹਦੇ 'ਤੇ ਬੋਰੀਆਂ ਗਿਰ ਗਈਆਂ ਅਤੇ ਜਿਹਦੇ ਕਰਕੇ ਇਹ ਡੈਥ ਹੋਈ। ਉਹਦੇ 'ਚ ਸਾਡੇ SHO ਸਦਰ ਜਿਹੜੇ ਆ ਉਹ ਵੈਰੀਫਾਈ ਕਰ ਰਹੇ ਆ, ਜੋ ਵੀ ਫੈਕਟ ਹੋਣਗੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ। A South Asian Canadian channel.